forza. ਹਾਂਜੀ ਸਰ, ਕੀ ਨਾਮ ਤੁਹਾਡਾ? ਰਕੇਸ਼ ਸਰ, ਕੀ ਗੱਲਬਾਤ ਹੋਈ ਜਿਹੜੀ ਪੂਰੀ, ਕੀ ਮਾਮਲਾ ਜੀ? ਸਰ, ਇੱਕ ਐਕਸੀਡੈਂਟ ਕਹਿ ਸਕਦੇ ਆਪਾਂ ਇਹਨੂੰ, ਕਿਉਂਕਿ ਇਨਕੇਸ ਇਹ ਰੋਜ਼ ਇੱਥੇ ਇੱਕ ਅੱਡਾ ਲੱਗਦਾ ਸਾਈਕਲਾਂ ਦਾ, ਔਰ 15 ਸਾਲ ਤੋਂ ਲੱਗ ਰਿਹਾ, ਅੱਜ ਤੱਕ ਕਦੇ ਇੱਦਾਂ ਦਾ ਕੰਮ ਨਹੀਂ ਹੋਇਆ। ਲੇਕਿਨ ਇੱਕ ਅੱਜ ਅਚਾਨਕ ਹੀ ਹੋਇਆ, ਇੱਕ ਬਹੁਤ ਵੱਡਾ ਬਲਾਸਟ ਹੋਇਆ ਜਿਹਦਾ ਕਿ ਕੰਪਰੈਸ਼ਰ ਫਟਿਆ, ਔਰ ਰੋਡ ਸਾਈਡ ਤੋਂ ਇੱਕ ਗਲੀ ਦੇ ਅੰਦਰ ਨੂੰ ਲਗਭਗ 100-150 ਫੁੱਟ ਅੰਦਰ ਆਇਆ। ਅਗਰ ਇਹ ਘਟਨਾ ਕਹਿ ਦਈਏ ਕਿ ਰੋਡ ਸਾਈਡ ਹੁੰਦੀ ਤਾਂ ਇੱਕ ਬਹੁਤ ਵੱਡੀ ਘਟਨਾ ਹੋ ਸਕਦੀ ਸੀ, ਬਟ ਇਸ ਘਟਨਾ ਦੇ ਨਾਲ ਫਿਰ ਵੀ 3-4 ਲੋਕਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ 12 ਸਾਲ ਦਾ ਬੱਚਾ ਜਿਹਦਾ ਨਾਮ ਅਮਿਤ, ਉਹ ਡੈਥ ਕਰ ਗਿਆ। ਸਭ ਤੋਂ ਦਰਦਨਾਕ ਘਟਨਾ ਕਿ ਮਾਂ ਪਿਓ ਦਾ ਇੱਕ ਲੋਤਾ ਬੇਟਾ ਸੀਗਾ, ਜੋ ਕਿ ਬਾਕੀ ਐਸਟਮ ਹੋਸਪਿਟਲ ਹੈ, ਦੱਸਿਆ ਜਾ ਰਿਹਾ ਕਿ ਉਹ ਫਿਲਹਾਲ ਖਤਰੇ ਤੋਂ ਬਾਹਰ ਆ। ਹਾਂ, ਡੈਥ ਇੱਕੋ ਹੀ ਆ, 12 ਸਾਲ ਦੇ ਬੱਚੇ ਦੀ। ਪਿੱਪਲ ਚੌਂਕ ਦਾ ਏਰੀਆ, ਇਹਦੇ ਨਾਲ ਹੀ ਇੱਥੇ ਹੀ ਆ ਕੰਪਰੈਸ਼ਰ ਟੈਂਕੀ, ਜਿਹੜੀ ਕੰਪਰੈਸ਼ਰ ਟੈਂਕੀ ਦੇ ਨਾਲ ਗੈਸ ਬਿਲਡਿੰਗ ਵਗੈਰਾ ਉਹ ਫਟਿਆ ਹੋਇਆ, ਉਹਦੇ ਫਟਣ 4 ਜਾਂ 5 ਦੇ ਵਿੱਚ ਬੰਦੇ ਜ਼ਖਮੀ ਹੋਏ ਨੇ। ਡੈਥ ਅਜੇ ਕਲੀਅਰ ਨਹੀਂ ਹੋਇਆ, SHO ਸਾਹਿਬ ਉੱਥੇ ਗਏ ਨੇ, ਅਜੇ ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਏ ਕਿ ਇੱਕ ਇੱਥੇ ਆ ਸੁਰੱਖਿਆ ਹਸਪਤਾਲ 'ਚ, ਇੱਕ ਹੈਗਾ ਅਪੋਲੋ ਹਸਪਤਾਲ 'ਚ, ਬਾਕੀ 3 ਉੱਧਰ ਸਿਵਲ ਹਸਪਤਾਲ 'ਚ। ਉਹ ਤਾਂ ਗੈਸ ਕੰਪਰੈਸ਼ਰ ਗੈਸ ਵਾਲੀ ਆ ਟੈਂਕੀ ਆ, ਉਹ ਫਟੀ ਆ, ਹੁਣ ਉਹਦੇ 'ਚ ਕੋਈ ਵੀ ਡਿਫੈਕਟ ਆ ਸਕਦਾ ਕਿ ਹੁਣ ਜਾਂ ਕੋਈ ਲਾਗੇ ਨਹੀਂ ਜਾਂ ਇੱਧਰ ਕੰਮ ਕਰਨ ਡਿਆ ਜਾਂ ਕੋਈ ਸਮਝ ਲਓ, ਇਸ ਤਰ੍ਹਾਂ ਕਰਕੇ ਹੋਇਆ ਉਹਨਾਂ ਦਾ ਨੁਕਸਾਨ ਹੋਇਆ। ਇਹਨਾਂ ਦਾ 2 ਲੈਕਰ ਉਹਦਾ ਜਿਹੜੇ ਦੁਕਾਨ ਵਾਲੇ ਨੇ, ਜਿਹੜੇ ਮੋਟਰਸਾਈਕਲ ਦੀ ਦੁਕਾਨ ਮੋਟਰਸਾਈਕਲ ਮਕੈਨਿਕ, ਅੱਗੇ ਇਹਨਾਂ ਦੀ ਰੇਹੜੀ ਲੱਗੀ ਹੋਈ ਹੈ ਕੰਪਰੈਸ਼ਰ ਬਹੁਤ ਦੂਰ।